ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਯੂਟਿਊਬ ਚੈਨਲ ਉੱਪਰ। ਦੋਸਤੋ, ਜਿਸ ਤਰ੍ਹਾਂ ਕਿ ਪਹਿਲਾਂ ਕਾਫੀ ਵੀਡੀਓ ਤੁਹਾਨੂੰ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਹਨ, ਜੇਕਰ ਉਹ ਨਹੀਂ ਦੇਖੀਆਂ ਪਹਿਲਾਂ ਵਾਲੇ ਪਾਠ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ। ਦੋਸਤੋ, ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਹਨ ਅਤੇ ਤੁਹਾਡੇ ਲਈ ਇੱਕ ਨੰਬਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ 1.25 ਨੰਬਰ ਚਲੇ ਜਾਣਗੇ ਤਾਂ ਸਾਨੂੰ ਲੌਸ ਹੋਵੇਗਾ। ਤਾਂ ਦੋਸਤੋ, ਜੇਕਰ ਤੁਹਾਨੂੰ ਕੁਐਸਚਨ ਵਧੀਆ ਲੱਗੇ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ, ਮਿੱਤਰਾਂ, ਭੈਣਾਂ, ਭਰਾਵਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ। ਅਤੇ ਜੇਕਰ ਚੈਨਲ 'ਤੇ ਨਿਊ ਵਿਊਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਤਾਂ ਦੋਸਤੋ, ਤੁਹਾਨੂੰ ਮੈਂ ਦੱਸ ਦੇਵਾਂ ਕਿ ਜੋ ਵਿਊਵਰ ਪਹਿਲਾਂ ਨਵੇਂ ਆਏ ਹਨ ਤਾਂ ਉਹ ਦੱਸ ਦੇਵਾਂ ਕਿ ਪੰਜਾਬ GK ਹੈ, ਜੋ ਪੰਜਾਬ GK ਦੇ ਕੁਐਸਚਨ ਕਰਾਏ ਜਾਣਗੇ, ਭਾਵੇਂ ਉਹ ਇਤਿਹਾਸ ਦੇ ਨਾਲ ਸੰਬੰਧਿਤ ਹੋਵੇ, ਭੂਗੋਲ ਦੇ ਨਾਲ, ਰਾਜਨੀਤਿਕ ਸ਼ਾਸਤਰ, ਅਰਥ ਸ਼ਾਸਤਰ ਅਤੇ ਸੱਭਿਆਚਾਰ, ਤਾਂ ਸਾਰਿਆਂ ਦੇ ਹੀ ਕੁਐਸਚਨ ਕਰਾਏ ਜਾਣਗੇ। ਪੇਪਰ A ਅਤੇ ਪੇਪਰ B ਦੇ ਲਈ ਕੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੇ ਕੁਐਸਚਨ ਇਹ। PSPCL ਵਾਲਿਆਂ ਲਈ ਤਾਂ ਕਿ ਇੱਕੋ ਪੇਪਰ ਹੋਣਾ ਹੈ ਤਾਂ ਉਹਨਾਂ ਦੇ ਲਈ ਤਾਂ ਇੰਪੋਰਟੈਂਟ ਹੈ ਹੀ, ਅਤੇ ਦੂਸਰੇ ਪੇਪਰ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਇਹ। ਇੱਕ ਇੱਕ ਕੁਐਸਚਨ ਤੁਸੀਂ ਕੋਈ ਵੀ ਵੀਡੀਓ ਉਸ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਕਰਵਾਏ ਗਏ ਹਨ। ਤਾਂ ਦੋਸਤੋ, ਸਾਰੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਹਨ। ਤਾਂ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਪਹਿਲਾ ਕੁਐਸਚਨ ਕਹਿੰਦਾ ਹੈ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਜੰਗਲਾਂ ਦਾ ਦੂਜਾ ਸਭ ਤੋਂ ਜ਼ਿਆਦਾ ਖੇਤਰਫਲ ਹੈ? ਤਾਂ ਜੰਗਲਾਂ ਦਾ ਦੂਜਾ ਸਭ ਤੋਂ ਕੀ ਹੈ, ਜ਼ਿਆਦਾ ਕੀ ਆ ਗਿਆ, ਖੇਤਰਫਲ ਆ ਗਿਆ। ਤਾਂ ਸਰ ਜੀ, ਸਾਨੂੰ ਪਤਾ ਹੈ ਕਿ ਹੁਸ਼ਿਆਰ ਬੱਚੇ ਹਨ ਜੋ ਹੁਸ਼ਿਆਰਪੁਰ ਵਿੱਚ ਰਹਿੰਦੇ ਹਨ ਅਤੇ ਉਹ ਕਿੱਥੇ ਪੜ੍ਹਦੇ ਹਨ, ਬੂਟਿਆਂ ਦੇ ਥੱਲੇ ਬਹਿ ਕੇ ਪੜ੍ਹਦੇ ਹਨ। ਮਤਲਬ ਕੀ ਹੈ ਸਰ ਜੀ, ਜੰਗਲਾਂ ਦੇ ਵਿੱਚ ਬਹਿ ਕੇ ਪੜ੍ਹਦੇ ਹਨ, ਤਾਂ ਉਹ ਵੀ ਹੁਸ਼ਿਆਰ ਆ ਗਏ। ਅਤੇ ਇੱਕ ਤੀਜਾ ਕੁਐਸਚਨ ਕੀਤਾ ਸੀ ਇਨਾਮੀ ਬਾਗ, ਅਤੇ ਜੋ ਹੁਸ਼ਿਆਰ ਬੱਚੇ ਹਨ ਵੱਧ ਜੰਗਲਾਂ ਦੇ ਥੱਲੇ ਬਹਿ ਕੇ ਜੋ ਪੜ੍ਹ ਰਹੇ ਹਨ ਉਹਨਾਂ ਨੂੰ ਕੀ ਹੈ, ਇਨਾਮ ਵੀ ਮਿਲਦਾ ਹੈ। ਤਾਂ ਇਨਾਮੀ ਬਾਗ ਵੀ ਕਿੱਥੇ ਹੈ, ਹੁਸ਼ਿਆਰਪੁਰ ਦੇ ਵਿੱਚ ਹੈ। ਤਾਂ ਦੋਸਤੋ, ਇਹ ਤਾਂ ਸੀ ਟ੍ਰਿਕੀ ਬੇਸ ਕੁਐਸਚਨ, ਤੁਹਾਨੂੰ ਮੈਂ ਦੱਸਤਾ ਕਿ ਇਸਦਾ ਆਂਸਰ ਕੀ ਹੈ, ਹੁਸ਼ਿਆਰਪੁਰ ਹੈ। ਅਤੇ ਇਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਵੇਗਾ ਕਿ ਇੱਕ ਤਾਂ ਹੁਸ਼ਿਆਰਪੁਰ ਹੈ, ਇਹ ਕੀ ਹੈ, ਪਹਿਲੇ ਨੰਬਰ 'ਤੇ ਹੈ, ਬਟ ਕੁਐਸਚਨ ਜੋ ਕਹਿ ਰਿਹਾ ਹੈ ਇੱਥੇ ਕਹਿ ਰਿਹਾ ਹੈ ਦੂਜਾ ਸਭ ਤੋਂ ਜ਼ਿਆਦਾ ਖੇਤਰਫਲ ਕਿਸਦਾ ਹੈ, ਤਾਂ ਇਹ ਕਹਿ ਰਿਹਾ ਹੈ। ਤਾਂ ਇਹ ਤਾਂ ਸੀ ਸਰ ਜੀ ਪਹਿਲਾ, ਬਟ ਇੱਥੇ ਤਾਂ ਪਹਿਲੇ ਦੀ ਗੱਲ ਹੋਈ ਨਹੀਂ, ਤੁਸੀਂ ਪਹਿਲਾਂ ਦੱਸ ਗਏ। ਤਾਂ ਦੋਸਤੋ, ਤੁਹਾਨੂੰ ਮੈਂ ਇੱਕ ਟ੍ਰਿਕ ਦੱਸੀ ਹੈ, ਉਸ ਤੋਂ ਬਾਅਦ ਕਿਹੜਾ ਆਵੇਗਾ ਸਾਡਾ, ਰੋਪੜ ਇਸਦਾ ਆਂਸਰ ਆਵੇਗਾ, ਕਿਉਂਕਿ ਰੋਪੜ ਹੈ ਜੋ ਇਹ ਦੂਜੇ ਨੰਬਰ 'ਤੇ ਹੈ ਸਰ ਜੀ। ਅਤੇ ਤੀਸਰੇ ਨੰਬਰ 'ਤੇ ਕੀ ਹੈ, ਮੋਹਾਲੀ ਹੈ। ਅਤੇ ਮੋਹਾਲੀ ਨੂੰ ਇੱਕ ਹੋਰ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਦੋਸਤੋ, ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਕਿਹੜਾ ਨਾਮ ਹੈ, ਤਾਂ ਉਸਦਾ ਕੁਐਸਚਨ ਬਣ ਗਿਆ ਮੋਹਾਲੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਕਮੈਂਟ ਬਾਕਸ ਵਿੱਚ ਦੱਸਣਾ ਅਤੇ ਉਸਦਾ ਪੂਰਾ ਨਾਮ ਵੀ ਦੱਸਣਾ। ਅਤੇ ਇਹ ਜੋ ਤਿੰਨੇ ਹਨ, ਹੁਸ਼ਿਆਰਪੁਰ, ਮੋਹਾਲੀ, ਰੋਪੜ, ਇਹ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦੇ ਹਨ, ਡਿਵੀਜ਼ਨਾਂ ਸਾਡੀਆਂ ਕਿੰਨੀਆਂ ਹਨ, ਕਮੈਂਟ ਬਾਕਸ ਦੇ ਵਿੱਚ ਦੱਸ ਦਿਉ। ਦੋਸਤੋ, ਕਿੰਨੀਆਂ ਡਿਵੀਜ਼ਨਾਂ ਹਨ, ਸਭ ਤੋਂ ਵੱਡੀ ਡਿਵੀਜ਼ਨ ਅਤੇ ਸਭ ਤੋਂ ਛੋਟੀ ਡਿਵੀਜ਼ਨ ਕਿਹੜੀ ਹੈ, ਉਸਦਾ ਨਾਮ ਦੱਸਣਾ। ਅਤੇ ਇਹ ਜੋ ਹਨ, ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਜ਼ਿਲ੍ਹੇ ਹਨ ਜੋ ਕੀ ਹੈ ਕਿਸੇ ਡਿਵੀਜ਼ਨ 'ਚ ਆ ਰਹੇ ਹਨ, ਭਾਵੇਂ ਉਹ ਛੋਟੀ ਹੋਵੇ ਭਾਵੇਂ ਉਹ ਵੱਡੀ ਹੋਵੇ, ਉਹ ਵੀ ਤੁਸੀਂ ਦੱਸਣਾ ਹੈ। ਤਾਂ ਆਪਾਂ ਕਿੰਨੇ ਕੁਐਸਚਨ ਨਾਲ ਕਵਰ ਕਰ ਲਏ ਹਨ। ਤਾਂ ਦੋਸਤੋ, ਇਸੇ ਤਰ੍ਹਾਂ ਆਪਾਂ ਕਵਰ ਕਰਦੇ ਰਹਾਂਗੇ, ਵੱਖੋ ਵੱਖ ਤਰ੍ਹਾਂ ਦੇ ਕੁਐਸਚਨ ਹਨ ਜੋ। ਦੂਸਰਾ ਕੁਐਸਚਨ ਕਹਿੰਦਾ ਹੈ, ਹੇਠ ਲਿਖਿਆਂ ਵਿੱਚੋਂ ਪੰਜਾਬ ਦੇ ਕਿਹੜੇ ਜੰਗਲਾਤ ਖੇਤਰ ਨੂੰ ਵੱਡਾ ਨਹੀਂ ਮੰਨਿਆ ਜਾਂਦਾ? ਤਾਂ ਪਹਿਲਾਂ ਤਾਂ ਸਰ ਜੀ ਖੇਤਰਫਲ ਦੀ ਗੱਲ ਹੋਈ ਸੀ, ਹੁਣ ਜੰਗਲਾਤ ਖੇਤਰ ਵੱਡਾ ਨਹੀਂ ਮੰਨਿਆ ਜਾਂਦਾ, ਤਾਂ ਦੇਖ ਲੈਂਦੇ ਹਾਂ ਇੱਥੇ ਸ਼ਿਵਾਲਿਕ ਜੰਗਲ, ਹਾਂਜੀ ਸ਼ਿਵਾਲਿਕ ਜੰਗਲਾਂ ਨੂੰ ਵੱਡਾ ਮੰਨਿਆ ਜਾਂਦਾ ਖੇਤਰ, ਮੰਡ ਜੰਗਲ,
ਇਹ ਵੀ ਮੰਨਿਆ ਜਾਂਦਾ ਹੈ, ਯਾਦ ਰੱਖਣਾ ਦੋਸਤੋ, ਮੰਡ ਜੰਗਲ ਨੂੰ ਵੀ ਹਰੀਕੇ ਜੰਗਲ, ਇਸ ਬਾਰੇ ਥੋੜ੍ਹੀ ਜਿਹੀ ਕਨਫਿਊਜ਼ਨ ਹੈ ਸਾਨੂੰ, ਤਾਂ ਬੀੜ ਜੰਗਲ, ਤਾਂ ਬੀੜ ਤਾਂ ਕੀ ਹੈ, ਹੁੰਦੇ ਹੀ ਦਰਖਤ ਹਨ, ਬੀੜ ਤਲਾਬ ਹੈਗਾ, ਬੀੜ ਮੋਤੀ ਬਾਗ ਸਾਰੇ ਕੀ ਹੈ, ਜੰਗਲ ਹੀ ਹਨ ਉੱਥੇ, ਤਾਂ ਹਰੀਕੇ ਜੰਗਲ ਹੈ ਜੋ ਇਹ ਨਹੀਂ ਹੈ, ਤਾਂ ਹਰੀਕੇ ਜੰਗਲ ਇਸਦਾ ਆਂਸਰ ਹੈ ਵੱਡਾ, ਨਹੀਂ ਮੰਨਿਆ ਜਾਂਦਾ ਇਸ ਨੂੰ, ਤਾਂ ਦੋਸਤੋ ਇਹ ਯਾਦ ਰੱਖਣਾ ਹੈ। ਅਗਲੇ ਕੁਐਸਚਨ ਵੱਲ ਚੱਲੀਏ, ਕਹਿੰਦਾ ਹੈ ਦੇਖੋ ਦੋਸਤੋ, ਪੀ ਸੀ ਐੱਸ ਲੈਵਲ ਦੇ ਕੁਐਸਚਨ ਅਤੇ ਸੀਨੀਅਰ ਅਸਿਸਟੈਂਟ ਦੇ ਕੁਐਸਚਨ ਜੋ ਆਉਂਦੇ ਹਨ ਉਹ ਇਸੇ ਟਾਈਪ 'ਤੇ ਆਉਂਦੇ ਹਨ। ਦੇਖੋ ਕੇਸੋਪੁਰ ਮਿਆਨੀ ਵੈਟਲੈਂਡ ਹਾਲ ਹੀ ਵਿੱਚ ਖਬਰਾਂ ਵਿੱਚ ਰਿਹਾ ਹੈ, ਇਹਨਾਂ ਵਿੱਚੋਂ ਕਿਹੜਾ ਵੈਟਲੈਂਡ ਬਾਰੇ ਸਹੀ ਨਹੀਂ ਹੈ? ਪਹਿਲੀ ਗੱਲ ਤਾਂ ਕੀ ਹੈ, ਰੀਸੈਂਟਲੀ ਜਦੋਂ ਹੋਇਆ ਸੀ ਉਦੋਂ ਕੁਐਸਚਨ ਆਇਆ ਹੋਵੇਗਾ ਪੇਪਰ ਦੇ ਵਿੱਚ, ਕੇਸ਼ਪੁਰ ਮਿਆਨੀ ਵੈਟਲੈਂਡ ਹਾਲ ਹੀ ਖਬਰਾਂ ਵਿੱਚ ਰਿਹਾ ਹੈ, ਇਸ ਨੂੰ ਕੀ ਹੈ ਤੁਸੀਂ ਕੱਟ ਦਿਓ। ਤਾਂ ਵੈਟਲੈਂਡ ਬਾਰੇ ਕਿਹੜਾ ਸਹੀ ਹੈ, ਕੇਸ਼ਪੁਰ ਮਿਆਨੀ ਵੈਟਲੈਂਡ ਬਾਰੇ ਕਿਹੜਾ ਬਾਰੇ ਸਹੀ ਹੈ, ਕਿਹੜਾ ਸਹੀ ਹੈ, ਤਾਂ ਆਪਾਂ ਇਹ ਦੇਖਦੇ ਹਾਂ। ਇਹ ਰਾਮਸਰ ਸਾਈਟ ਵਜੋਂ ਘੋਸ਼ਿਤ ਕੀਤਾ ਗਿਆ ਹੈ, ਸਰ ਜੀ ਇਹ ਦੱਸਣਾ ਹੈ, ਇਹ ਇੱਕ ਕੁਦਰਤੀ ਵੈਟਲੈਂਡ ਹੈ, ਇਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਤਾਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਇਸ ਦੇ ਪਿੱਛੇ ਲੱਗ ਰਿਹਾ ਹੈ ਪੁਰ, ਤਾਂ ਪੁਰ ਤੋਂ ਯਾਦ ਰੱਖਣਾ ਹੈ ਗੁਰਦਾਸਪੁਰ, ਯਾਦ ਰੱਖਣਾ ਹੈ ਦੋਸਤੋ ਗੁਰਦਾਸਪੁਰ, ਕਿਉਂਕਿ ਪੁਰ ਜਿਨ੍ਹਾਂ ਦੇ ਪਿੱਛੇ ਲੱਗਦਾ, ਸਾਡੇ ਪੰਜਾਬ ਦੇ ਵਿੱਚ ਦੋ ਹੀ ਜ਼ਿਲ੍ਹੇ ਹਨ, ਹੁਸ਼ਿਆਰਪੁਰ ਅਤੇ ਗੁਰਦਾਸਪੁਰ, ਯਾਦ ਰੱਖਣ ਲਈ ਤਾਂ ਕਹਿ ਰਿਹਾ ਕਿਉਂਕਿ ਅਸੀਂ ਗੁਰਦਾਸਪੁਰ ਹੀ ਲਾ ਕੇ ਆਉਣਾ, ਉੱਥੇ ਹੁਸ਼ਿਆਰਪੁਰ ਨਹੀਂ ਲਾ ਕੇ ਆਉਣਾ। ਤਾਂ ਇੱਕ ਤਾਂ ਟ੍ਰਿਕ ਇਹਦੀ ਇਹ ਹੋ ਗਈ, ਤਾਂ ਆਹ ਤਾਂ ਸਾਡਾ ਕੀ ਹੋ ਗਿਆ, ਸਹੀ ਹੋ ਗਿਆ ਦੋਸਤੋ, ਕੁਦਰਤੀ ਵੈਟਲੈਂਡ ਹੈ। ਹਾਂਜੀ ਸਰ ਜੀ, ਇਹ ਕੀ ਹੈ, ਕੁਦਰਤੀ ਹੈ, ਮੈਨ ਮੇਡ ਨਹੀਂ ਹੈ, ਇਹ ਇੱਕ ਕੁਦਰਤੀ ਹੈ, ਰਾਮਸਰ ਸਾਈਟ ਵਜੋਂ ਘੋਸ਼ਿਤ ਕੀਤਾ ਗਿਆ ਹੈ, ਤਾਂ ਇਹ ਵੀ ਸਹੀ ਹੈ। ਪਹਿਲਾਂ ਸਾਡੀਆਂ ਰਾਮਸਰ ਸਾਈਟ 3 ਸਨ, ਅਤੇ ਹੁਣ ਕੀ ਹੋ ਗਿਆ, 3 ਹੋਰ ਐਡ ਕਰ ਲਈਆਂ, ਤਾਂ ਕਿੰਨੀਆਂ ਹੋ ਗਈਆਂ, 6 ਹੋ ਗਈਆਂ। ਤਾਂ ਦੋਸਤੋ ਇਹ ਵੀ ਯਾਦ ਰੱਖਣਾ ਹੈ ਕਿ ਇਹ ਇੱਕ ਕੀ ਹੈ, ਕੁਦਰਤੀ ਵੀ ਹੈ, ਗੁਰਦਾਸਪੁਰ ਵਿੱਚ ਸਥਿਤ ਵੀ ਹੈ, ਅਤੇ ਰਾਮਸਰ ਸਾਈਟ ਵੀ ਹੈ, ਇਹ ਮਤਲਬ ਕੀ ਹੋ ਗਿਆ, ਅੰਤਰਰਾਸ਼ਟਰੀ ਹੋ ਗਿਆ, ਕੇਸ਼ਪੁਰ ਮਿਆਨੀ ਵੈਟਲੈਂਡ ਦਾ ਏ ਸੀ, ਅਤੇ ਇਸਦਾ ਆਂਸਰ ਤਾਂ ਆਪਾਂ ਲਾਇਆ ਨਹੀਂ। ਤਾਂ ਤੁਸੀਂ ਕੀ ਰੱਖਣਾ ਹੈ, ਪਹਿਲਾ, ਦੂਜਾ ਅਤੇ ਤੀਜਾ, ਇਹ ਤਿੰਨੇ ਹੀ ਇਸ ਬਾਰੇ ਸਹੀ ਹਨ, ਤਾਂ ਇਹ ਕੀ ਹੋ ਜਾਵੇਗਾ, ਇਸਦਾ ਰਾਈਟ ਆਂਸਰ ਹੋ ਜਾਵੇਗਾ। ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ, ਇਹਨਾਂ ਵਿੱਚੋਂ ਕਿਹੜਾ ਸਟੇਟ ਵੈਟਲੈਂਡ ਨਹੀਂ ਹੈ? ਤਾਂ ਸਟੇਟ ਵੈਟਲੈਂਡ ਦੀ ਗੱਲ ਕੀਤੀ ਗਈ ਹੈ, ਤਾਂ ਸਟੇਟ ਵੈਟਲੈਂਡ ਨਹੀਂ, ਆਪਾਂ ਹੁਣੇ ਦੇਖ ਲੈਂਦੇ ਹਾਂ, ਜਸਤਰਵਾਲ ਵੈਟਲੈਂਡ, ਇਹ ਤਾਂ ਸਰ ਜੀ ਸਟੇਟ ਹੈ, ਅਸੀਂ ਸਟੇਟ 'ਤੇ ਦੇਖਦੇ ਹਾਂ, ਮਤਲਬ ਕਿ ਅਸੀਂ ਰਾਜ ਦੇ ਦੇਖਦੇ ਹਾਂ, ਅਤੇ ਜਿਹੜਾ ਰਾਜ ਦਾ ਨਾਂ ਹੋਇਆ ਉਸਨੂੰ ਅਸੀਂ ਬਾਹਰ ਕੱਢ ਦੇਵਾਂਗੇ। ਰਣਜੀਤ ਸਾਗਰ ਵੈਟਲੈਂਡ, ਤਾਂ ਇਸ ਬਾਰੇ ਕੀ ਹੋ ਗਿਆ, ਸਾਨੂੰ ਕਨਫਿਊਜ਼ਨ ਹੈ, ਕਿਉਂਕਿ ਰਣਜੀਤ ਸਾਗਰ ਅਸੀਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੜ੍ਹਿਆ ਹੈ। ਕਾਨੂੰਵਾਨ ਛੰਭ, ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਕਿੱਥੇ ਹੈ, ਗੁਰਦਾਸਪੁਰ ਦੇ ਵਿੱਚ ਹੈ, ਕਿਉਂਕਿ ਛੋਟਾ ਘੱਲੂਘਾਰਾ ਕਾਨੂੰਵਾਨ ਵਿਖੇ ਹੋਇਆ ਸੀ, ਗੁਰਦਾਸਪੁਰ 'ਚ ਹੋਇਆ ਸੀ, ਤਾਂ ਯਾਦ ਰਹਿਣਾ ਕਾਨੂੰਵਾਨ ਛੰਭ ਅਤੇ ਮੰਡ ਭਰਥਲਾ ਵੈਟਲੈਂਡ, ਇਹ ਵੀ ਕੀ ਹੈ, ਇਹ ਹੈ ਸਾਡਾ ਨਵਾਂ ਸ਼ਹਿਰ ਦੇ ਵਿੱਚ, ਨਵਾਂ ਸ਼ਹਿਰ ਮਤਲਬ ਕੀ ਹੋ ਗਿਆ, SBS ਨਗਰ, ਤਾਂ ਇਹ ਵੀ ਯਾਦ ਰੱਖਣਾ ਹੈ, ਸ਼ਹੀਦ ਭਗਤ ਸਿੰਘ ਨਗਰ, ਮੰਡ ਭਰਥਲਾ ਵੈਟਲੈਂਡ। ਦੇਖੋ ਦੋਸਤੋ ਨਵਾਂ ਸ਼ਹਿਰ ਦਾ ਨਾਮ ਕੀ ਹੈ ਇਹਨਾਂ ਵਿੱਚੋਂ, SBS ਕਿਸਦਾ ਨਾਮ ਹੈ, ਨਵਾਂ ਸ਼ਹਿਰ ਦਾ ਨਾਮ ਹੈ। ਨਵਾਂ ਸ਼ਹਿਰ ਕਿਹੜੀ
ਡਿਵੀਜ਼ਨ ਦੇ ਵਿੱਚ ਆਉਂਦਾ ਹੈ, ਕਮੈਂਟ ਬਾਕਸ ਵੀ ਸਾਰੇ ਦੱਸਣੇ ਹਨ ਤੁਸੀਂ ਦੋਸਤੋ। ਤਾਂ ਨਵਾਂ ਸ਼ਹਿਰ ਆ ਗਿਆ, ਮੰਡ ਭਰਥਲਾ ਵੈਟਲੈਂਡ ਕਿੱਥੇ? ਨਵਾਂ ਸ਼ਹਿਰ ਦੇ ਵਿੱਚ ਹੈ, ਕਿਉਂਕਿ ਮੰਡ ਭਰਥਲਾ ਹੈ ਇੱਕ ਕੀ ਹੋ ਗਿਆ ਸਾਡਾ, ਇੱਥੇ ਇਹਨਾਂ ਨੇ ਰਾਜ ਹੀ ਕਿਹਾ ਸੀ, ਤਾਂ ਰਾਜ ਵੈਟਲੈਂਡ ਹੈ ਦੋਸਤੋ। ਤਾਂ ਕਿੰਨੇ ਕੁਸ਼ਚਨ ਬਣ ਗਏ। ਕਾਨੂੰਵਾਨ ਦਾ ਵੀ ਕੁਸ਼ਚਨ ਦੱਸਿਆ ਸੀ ਤੁਹਾਨੂੰ ਕਿ ਗੁਰਦਾਸਪੁਰ ਦੇ ਵਿੱਚ ਹੈ। ਰਣਜੀਤ ਸਾਗਰ ਕਿੱਥੇ ਹੈ ਦੋਸਤੋ, ਕਮੈਂਟ ਬਾਕਸ ਵਿੱਚ ਦੱਸ ਦਿਓ ਰਣਜੀਤ ਸਾਗਰ ਵੈਟਲੈਂਡ ਕਿੱਥੇ ਹੈ। ਜਸਤਰਵਾਲ ਵੈਟਲੈਂਡ ਕਿੱਥੇ ਹੈ? ਤਾਂ ਇਹ ਕੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ। ਅੱਗੇ ਚੱਲਦੇ ਹਾਂ ਆਪਾਂ, ਫਿਰ ਆ ਗਿਆ ਹੇਠਾਂ ਦਿੱਤੇ ਰਾਮਸਰ ਸਾਈਟਾਂ 'ਤੇ ਗੌਰ ਕਰੋ। ਹਰੀਕੇ ਵੈਟਲੈਂਡ, ਨੰਗਲ ਵਾਈਲਡ ਲਾਈਫ ਸੈਂਚਰੀ ਵੈਟਲੈਂਡ, ਕੌਂਜਲੀ ਵੈਟਲੈਂਡ, ਤਿੰਨ ਵੈਟਲੈਂਡ ਦੇ ਦਿੱਤੇ ਹਨ ਇਹਨਾਂ ਨੂੰ। ਤਾਂ ਰਾਮਸਰ ਸਾਈਟਾਂ ਕਿਹੜੀਆਂ ਹਨ, ਇਹਨਾਂ ਨੇ ਇਹੀ ਪੁੱਛਿਆ ਇਸ ਦੇ ਵਿੱਚ। ਤਾਂ ਅਸੀਂ ਦੇਖ ਲੈਂਦੇ ਹਾਂ, ਰਾਮਸਰ ਸਾਈਟਾਂ ਸਾਨੂੰ ਪਤਾ ਹੈ ਕਿ ਇਹਨਾਂ ਨੇ ਕਿਹਾ ਗੌਰ ਕਰੋ, ਅਤੇ ਥੱਲੇ ਕੀ ਲਿਖਿਆ, ਉਪਰੋਕਤ ਵੈਟਲੈਂਡ ਉਹਨਾਂ ਦੇ ਰਾਮਸਰ ਸਾਈਟ ਉਲਾਉਣ ਦਾ ਕਰਮ, ਕਦੋਂ ਕਦੋਂ ਉਲਾਣੀਆਂ ਗਈਆਂ। ਵੈਸੇ ਤਾਂ ਤਿੰਨੇ ਹੀ ਇਹ ਕੀ ਹਨ, ਰਾਮਸਰ ਸਾਈਟਾਂ ਹਨ। ਤਾਂ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਤਾਂ ਸਰ ਜੀ ਹਰੀਕੇ ਵੈਟਲੈਂਡ ਆਇਆ ਸੀ, ਤਾਂ ਜਿੱਥੇ ਆਪਸ਼ਨ ਪਹਿਲੀ ਪਈ ਹੈ, ਬਾਕੀ ਉਹਨੂੰ ਕੱਟ ਦਿਉ, ਇਹ ਏ ਅਤੇ ਡੀ ਰਹਿ ਗਈਆਂ। ਉਸ ਤੋਂ ਬਾਅਦ ਕੀ ਹੋ ਗਿਆ, ਕਾਂਜਲੀ, ਤਾਂ ਤਿੰਨ ਨੰਬਰ ਵੀ ਆ ਗਿਆ, ਮਤਲਬ ਕੀ ਹੋ ਗਿਆ ਸਾਡਾ ਆਂਸਰ, ਸਮਾਰਟਨੈਸ ਅਪਰੋਚ ਇਸ ਤਰ੍ਹਾਂ ਯੂਜ਼ ਕਰਨੀ ਆ, ਤਾਂ ਇਹ ਕੀ ਹੋ ਗਿਆ ਸਾਡਾ ਸਹੀ ਹੋ ਗਿਆ। ਹਰੀਕੇ ਕਿੱਥੇ ਹੈ, ਤੁਹਾਨੂੰ ਪਤਾ ਹੈ ਕਿ ਤਰਨ ਤਾਰਨ ਸਾਹਿਬ ਦੇ ਵਿੱਚ ਹੈ। ਕਾਂਜਲੀ ਵੈਟਲੈਂਡ ਕਿੱਥੇ ਹੈ ਸਰ ਜੀ, ਇਹ ਕਪੂਰਥਲੇ ਦੇ ਵਿੱਚ ਹੈ। ਅਤੇ ਨੰਗਲ ਵਾਈਲਡ ਲਾਈਫ ਸੈਂਚਰੀ ਕਿੱਥੇ ਹੈ, ਇਹ ਰੋਪੜ ਦੇ ਵਿੱਚ ਹੈ, ਨੰਗਲ ਦੇ ਵਿੱਚ ਹੈ, ਤਾਂ ਇਹ ਵੀ ਯਾਦ ਰੱਖਣਾ ਹੈ, ਰੋਪੜ ਦੇ ਵਿੱਚ ਹੈ। ਤਾਂ ਇਹ ਸੀ ਦੋਸਤੋ, ਰਾਮਸਰ ਸਾਈਟਾਂ 'ਤੇ ਯਾਦ ਰੱਖਣਾ ਹੈ ਕਿ ਹਰੀਕੇ, ਨੰਗਲ ਵਾਈਲਡ ਲਾਈਫ ਸੈਂਚਰੀ ਅਤੇ ਕਾਂਜਲੀ ਵੈਟਲੈਂਡ, ਇਹ ਕੀ ਹੈ ਰਾਈਟ ਆਂਸਰ ਸੀ। ਹੇਠ ਲਿਖਿਆ ਵਿੱਚੋਂ ਕਿਹੜਾ ਉਸਾਰਾ ਦਾ ਇੱਕ ਹੋਰ ਨਾਮ ਹੈ, ਤਾਂ ਉਸਾਰਾ ਕੀ ਹੈ, ਫੈਕਚੁਅਲ ਜਿਹਾ ਕੁਸ਼ਚਨ ਹੈ, ਉਸਾਰਾ ਪੁੱਛ ਲਿਆ, ਕਿਹੜਾ ਉਸਾਰਾ ਦਾ ਇੱਕ ਹੋਰ ਨਾਮ ਹੈ। ਤਾਂ ਇਸ ਦੇ ਵਿੱਚ ਦੇਖਿਆ ਜਾਵੇ ਕਿ ਇਸਦਾ ਆਂਸਰ ਹੈ ਦੋਸਤੋ, ਆਪਸ਼ਨ ਦਿੱਤੀਆਂ ਹਨ, ਰੇਤਲੀ ਮਿੱਟੀ, ਖਾਰੀ ਮਿੱਟੀ, ਚੀਕਣੀ ਮਿੱਟੀ ਜਾਂ ਬਾਜੀ ਮਿੱਟੀ, ਬੇਟ ਸੋਇਲ ਜਿਹਨੂੰ ਕਹਿ ਦਿੰਦੇ ਹਨ। ਤਾਂ ਉਸਾਰਾ ਹੈ ਜੋ, ਉਸਾਰਾ ਸਾਡਾ ਕੀ ਹੈ, ਖਾਰੀ ਮਿੱਟੀ ਹੈ। ਇੱਥੇ ਕੀ ਯਾਦ ਰੱਖਣਾ ਤੁਸੀਂ, ਖਾਰੀ ਮਿੱਟੀ, ਕਿਉਂਕਿ ਖਾਰੀ ਮਿੱਟੀ ਉਸਾਰਾ ਦਾ ਇੱਕ ਹੋਰ ਨਾਮ ਹੈ। ਜੇਕਰ ਆ ਗਿਆ ਖਾਰੀ ਮਿੱਟੀ ਦਾ ਇਹਨਾਂ ਵਿੱਚੋਂ ਨਾਮ ਕਿਹੜਾ ਹੈ, ਤਾਂ ਉਹ ਹੋ ਜਾਵੇਗਾ ਉਸਾਰਾ ਹੋ ਜਾਵੇਗਾ ਦੋਸਤੋ। ਬੇਟ ਮਤਲਬ ਕਿ ਬਿੱਠ, ਬਿੱਠਾਂ ਤੋਂ ਕੀ ਬਣਦੀ ਹੈ, ਖਾਦ, ਤਾਂ ਯਾਦ ਰੱਖਣਾ ਹੈ ਖਾ ਜੋ ਹੈ ਬੇਟ ਹੈ ਉਹ ਕਿੱਥੋਂ, ਤਾਂ ਉਹ ਕੀ ਹੈ, ਉਹ ਤੁਹਾਨੂੰ ਇੱਕ ਕੁਸ਼ਚਨ ਕਰਵਾਇਆ ਸੀ, ਤਾਂ ਬੇਟ ਮਿੱਟੀ ਹੈ ਜੋ ਕਿੱਥੋਂ ਮਿਲਦੀ ਹੈ, ਤਾਂ ਉਸਦਾ ਇੱਕ ਕੁਸ਼ਚਨ ਪਹਿਲਾਂ ਕਰਵਾਇਆ ਹੋਇਆ। ਇਹ ਵੀ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਕਿ ਬੇਟ ਨੂੰ ਹੋਰ ਬੇਟ ਕਿੱਥੋਂ ਬਣਦੀ ਹੈ, ਕਿੱਥੋਂ ਮਿਲਦੀ ਹੈ ਮਿੱਟੀ, ਤਾਂ ਇਹ ਵੀ ਦੇਖਣਾ ਹੈ ਦੋਸਤੋ। ਮੇਨ ਇਹਦਾ ਇਹ ਸੀ ਉਸਾਰਾ, ਤਾਂ ਉਸਾਰਾ ਕੀ ਹੋ ਗਿਆ, ਖਾਰੀ ਮਿੱਟੀ, ਇਸਦਾ ਰਾਈਟ ਆਂਸਰ ਹੋ ਗਿਆ। ਉਸ ਤੋਂ ਅੱਗੇ ਚੱਲੇ ਜਾਵੇ, ਕਹਿੰਦਾ ਹੈ ਰੇਗਿਸਤਾਨੀ ਮਿੱਟੀ ਦੁਆਰਾ ਪੰਜਾਬ ਰਾਜ ਦੇ ਕਿੰਨੇ ਖੇਤਰ ਨੂੰ ਕਵਰ ਕੀਤਾ ਹੋਇਆ ਹੈ, ਤਾਂ ਇਹ ਫੈਕਚੁਅਲ ਜਿਹਾ ਕੁਸ਼ਚਨ ਹੈ, 11% ਨੂੰ ਕੀ ਹੈ, ਪੰਜਾਬ ਰਾਜ ਦੇ ਖੇਤਰ ਨੂੰ ਕੀ ਹੈ ਕਵਰ ਕੀਤਾ ਹੋਇਆ, 11% ਫੈਕਚੁਅਲ ਕੁਸ਼ਚਨ ਸੀ ਦੋਸਤੋ। ਨੈਕਸਟ ਕੁਸ਼ਚਨ ਦੀ ਗੱਲ ਕਰੀਏ, ਕਹਿੰਦਾ ਹੈ ਪੰਜਾਬ ਰਾਜ ਪ੍ਰਤੀ ਵਰਗ ਮੀਲ ਆਬਾਦੀ ਘਣਤਾ ਕਿੰਨੀ ਹੈ, ਤਾਂ ਆ ਗਿਆ ਡੋਲੂ ਮਾਂਜਣ ਵਾਲਾ ਕੁਸ਼ਚਨ। ਮੈਂ ਵੀ ਕਹਿ ਰਿਹਾ ਹਾਂ ਇੰਨੇ ਚਿਰ ਦਾ ਕੋਈ ਡੋਲੂ ਮਾਂਜਣ ਵਾਲਾ ਕੁਸ਼ਚਨ ਨਹੀਂ ਆਇਆ, 1:25 ਨੰਬਰ
ਲੈ ਕੇ ਜਾਣ ਵਾਲਾ ਕੁਐਸਚਨ ਨਹੀਂ ਆਇਆ ਕਿਉਂਕਿ ਸਾਰੇ ਸਕਿੱਪ ਕਰਨ ਵਾਲੇ ਹੀ ਕੁਐਸਚਨ ਸਨ। ਕਈ ਉੱਥੇ ਤੁੱਕਾ ਲਾ ਕੇ ਆਉਂਦੇ ਤਾਂ ਡੋਲੂ ਮਾਂਜਿਆ ਜਾਣਾ ਸੀ ਕਿਉਂਕਿ ਉਹਨਾਂ ਦੀ ਗਲਤੀ ਨਾਲ, ਕਿਉਂਕਿ ਉਹ ਉਸ ਤਰ੍ਹਾਂ ਦੇ ਕੁਐਸਚਨਾਂ ਦਾ ਪਤਾ ਹੀ ਨਹੀਂ ਸੀ। ਤਾਂ ਇਹ ਡੋਲੂ ਇਸ ਤਰ੍ਹਾਂ, ਕਿਉਂਕਿ ਇੱਥੇ 551 ਪਾਇਆ ਹੋਇਆ ਹੈ ਤਾਂ ਸਾਰੇ ਇੱਥੇ ਇਹ ਆਂਸਰ ਲਾ ਕੇ ਉਹਨੂੰ ਕਹਿੰਦਾ ਇਹ ਕੀ ਹੋ ਜਾਵੇਗਾ, ਗਲਤ ਹੋ ਜਾਵੇਗਾ, ਕਿਉਂਕਿ ਵਰਗ ਮੀਲ ਪਾਇਆ ਹੋਇਆ ਉਹਨਾਂ ਨੇ, ਕਿਲੋਮੀਟਰ ਨਹੀਂ ਪਾਇਆ ਹੋਇਆ। ਯਾਦ ਰੱਖਣਾ ਦੋਸਤੋ, ਜੇਕਰ ਵਰਗ ਕਿਲੋਮੀਟਰ ਪਾਇਆ ਹੋਇਆ ਤਾਂ 551 ਆਉਣਾ ਹੈ, ਜੇਕਰ ਵਰਗ ਮੀਲ ਪਾਇਆ ਹੋਇਆ, ਯਾਦ ਰੱਖਣਾ ਹੈ ਦੋਸਤੋ ਇਹ ਧਿਆਨ ਨਾਲ, ਵਰਗ ਮੀਲ ਪਾਇਆ ਹੋਇਆ ਤਾਂ 1427 ਆਵੇਗਾ ਇਸਦਾ ਰਾਈਟ ਆਂਸਰ। ਯਾਦ ਰੱਖਣਾ ਹੈ 1427 ਵਰਗ ਮੀਲ ਅਤੇ ਵਰਗ ਕਿਲੋਮੀਟਰ 551 ਯਾਦ ਰੱਖਣਾ ਹੈ। ਅਤੇ ਕਦੋਂ ਘੰਟਾ ਪੁੱਛਿਆ ਹੋਵੇ, ਜਦੋਂ ਆਬਾਦੀ ਘੰਟਾ ਬਾਰੇ ਪੁੱਛਿਆ ਹੋਵੇ ਤਾਂ ਇਹ ਰਾਈਟ ਆਂਸਰ ਹੋਵੇਗਾ। ਆਈ ਹੋਪ ਦੋਸਤੋ ਤੁਸੀਂ ਹੁਣ ਇਹ ਨਹੀਂ ਗਲਤ ਕਰੋਗੇ। ਉਸ ਤੋਂ ਅਗਲਾ ਕੁਐਸਚਨ ਦੇਖਿਆ ਜਾਵੇ ਤਾਂ ਕਹਿੰਦਾ ਹੈ ਪੰਜਾਬ ਵਿੱਚ ਲਿੰਗ ਅਨੁਪਾਤ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਹੈ, ਤਾਂ ਕਿਹੜੇ ਜ਼ਿਲ੍ਹੇ ਵਿੱਚ ਘੱਟ ਹੈ ਜਨਗਣਨਾ 2011 ਦੇ ਅਨੁਸਾਰ, ਕਿਉਂਕਿ ਉਸ ਤੋਂ ਮਗਰ ਤਾਂ ਜਨਗਣਨਾ ਹੋਈ ਨਹੀਂ ਕਰੋਨਾ ਟਾਈਮ ਤੋਂ ਬਾਅਦ, ਕੀ ਹਜੇ ਤੱਕ ਨਹੀਂ ਹੋਈ, 25-26 ਦੇ ਵਿੱਚ ਹੋ ਸਕਦਾ ਹੈ, ਆਪਾਂ ਉਸ ਬਾਰੇ ਗੱਲ ਨਹੀਂ ਕਰਦੇ, ਆਪਾਂ ਚੱਲਦੇ ਹਾਂ ਇੱਥੇ ਮਾਨਸਾ। ਮਾਨਸਾ ਦੀ ਟ੍ਰਿਕ ਯਾਦ ਰੱਖਣੀ ਹੈ, ਮਾਨਸਾ ਦੇ ਲੋਕਾਂ ਨੂੰ ਆਪਦੇ 'ਤੇ ਮਾਣ ਹੈ ਕਿ ਉਹ ਕੀ ਹੈ ਘੱਟ ਪੜ੍ਹੇ ਹਨ, ਤਾਂ ਘੱਟ ਪੜ੍ਹੇ ਲਿਖੇ ਲੋਕ ਕਿੱਥੇ ਰਹਿੰਦੇ ਹਨ, ਘੱਟ ਪੜ੍ਹੇ ਲਿਖੇ ਕਿੱਥੇ ਰਹਿੰਦੇ ਹਨ, ਮਾਨਸਾ ਦੇ ਵਿੱਚ ਰਹਿੰਦੇ ਹਨ। ਮੁਕਤਸਰ ਦੇ ਵਿੱਚ ਕੀ ਹੈ ਘਣਤਾ, ਆਬਾਦੀ ਘਣਤਾ ਕੀ ਹੈ ਘੱਟ ਹੈ, ਅਤੇ ਆਬਾਦੀ ਘਣਤਾ ਵੱਧ ਕਿੱਥੇ ਹੈ, ਲੁਧਿਆਣੇ ਦੇ ਵਿੱਚ ਹੈ। ਬਠਿੰਡਾ ਇੱਥੇ ਕੀ ਹੈ ਲਿੰਗ ਅਨੁਪਾਤ ਪੁੱਛਿਆ ਹੈ, ਕਿਉਂਕਿ ਸਭ ਤੋਂ ਘੱਟ ਹੈ, ਸਭ ਤੋਂ ਘੱਟ ਕਿੱਥੇ ਹੈ ਸਾਡੀ, ਸਰ ਜੀ ਬਠਿੰਡਾ ਦੇ ਵਿੱਚ ਹੈ, ਬਠਿੰਡਾ ਦੇ ਵਿੱਚ ਕੀ ਹੈ ਲਿੰਗ ਅਨੁਪਾਤ ਘੱਟ ਹੈ, ਅਤੇ ਵੱਧ ਕਿੱਥੇ ਹੈ, ਅਸੀਂ ਉਹ ਪਿੱਛੇ ਜੇ ਪੜ੍ਹ ਕੇ ਤਾਂ ਆਏ ਸੀ ਹੁਸ਼ਿਆਰਪੁਰ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਕੀ ਹੈ ਜ਼ਿਆਦਾ ਲੋਕ ਹਨ, ਜ਼ਿਆਦਾ ਪੜ੍ਹੇ ਲਿਖੇ ਹਨ, ਜੰਗਲਾਂ ਦੇ ਥੱਲੇ ਬਹਿੰਦੇ ਹਨ, ਅਤੇ ਕੀ ਆ ਇਨਾਮੀ ਬਾਗ ਹੈ। ਤਾਂ ਇਹ ਚੀਜ਼ਾਂ ਕੀ ਆ ਤੁਸੀਂ ਯਾਦ ਰੱਖਣੀਆਂ ਹਨ, ਕੋਰਲੇਟ ਕਰਨੀਆਂ ਹਨ ਸਾਰੀਆਂ ਇੱਕ ਦੂਜੇ ਦੇ ਨਾਲ। ਤਾਂ ਲਿੰਗ ਅਨੁਪਾਤ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਹੈ, ਤਾਂ ਉਹ ਹੈ ਸਰ ਜੀ ਬਠਿੰਡਾ ਆ ਗਿਆ ਇਸਦਾ ਆਂਸਰ। ਉਸ ਤੋਂ ਅੱਗੇ ਦੇਖਿਆ ਜਾਵੇ ਖੇਤਰ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ, ਤਾਂ ਇੱਥੇ ਕੀ ਹੈ ਮੋਹਾਲੀ ਵੀ ਲਾ ਕੇ ਆਉਣਗੇ, ਅਤੇ ਹੋ ਸਕਦਾ ਹੈ P SSB ਵਾਲਾ ਕੀ ਹੈ ਇਸ ਨੂੰ ਵੀ ਸਹੀ ਕਰ ਦੇਵੇ, ਕਿਉਂਕਿ ਪਤਾ ਨਹੀਂ ਉਹ 2011 ਦੇ ਅਕੋਰਡਿੰਗ ਚੱਲੇਗਾ ਕਿ 2023 ਦੇ ਅਕੋਰਡਿੰਗ ਚੱਲੇਗਾ। ਕੁਸ਼ਚਨ ਜਦੋਂ ਪੁੱਛਿਆ ਹੀ ਨਹੀਂ, ਇੱਥੇ ਕੋਈ ਇਸ਼ ਨਹੀਂ ਪਾਇਆ ਹੋਇਆ ਕਿ 2011 ਦੇ ਅਕੋਰਡਿੰਗ। ਹਾਂਜੀ, ਜੇਕਰ ਉਹਨਾਂ ਨੇ ਖੇਤਰ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ 2011 ਵਿੱਚ ਕਿਸ ਨੂੰ ਕਿਹਾ ਗਿਆ ਤਾਂ ਮੋਹਾਲੀ ਉਸਦਾ ਰਾਈਟ ਆਂਸਰ ਹੋਵੇਗਾ। ਤੁਹਾਡੀ ਮੈਂ ਕਨਫਿਊਜ਼ਨ ਦੂਰ ਕਰ ਦਿੰਦਾ, 2011 ਜਦੋਂ ਪਾਇਆ ਹੋਇਆ ਤਾਂ ਮੋਹਾਲੀ ਲਾਉਣਾ ਹੈ, ਅਦਰਵਾਈਜ਼ ਜੇਕਰ ਨਾ ਪਾਇਆ ਹੋਇਆ ਤਾਂ ਮਲੇਰਕੋਟਲਾ ਸਰ ਜੀ ਤੁਸੀਂ ਲਾਉਣਾ ਹੈ। ਅਤੇ ਇਹ ਕਿੰਨਵਾਂ ਜ਼ਿਲ੍ਹਾ ਬਣਿਆ ਹੈ, 23ਵਾਂ ਜ਼ਿਲ੍ਹਾ ਬਣਿਆ ਹੈ, ਕਿੱਥੋਂ ਬਣਿਆ ਹੈ ਸਰ ਜੀ ਸਾਨੂੰ ਪਤਾ ਹੈ ਸੰਗਰੂਰ ਤੋਂ ਬਣਿਆ ਹੈ, ਅਤੇ ਇਹ ਕਿੱਥੇ ਆਉਂਦਾ ਹੈ, ਇਹ ਮਾਲਵੇ ਜ਼ਿਲ੍ਹੇ ਵਿੱਚ, ਸੋਰੀ ਮਾਲਵੇ ਖੇਤਰ ਵਿੱਚ ਆਉਂਦਾ ਹੈ। ਅਤੇ ਮਾਲਵੇ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਦੋਸਤੋ। ਅਤੇ ਮਲੇਰਕੋਟਲਾ, ਪਠਾਨਕੋਟ, ਮੋਹਾਲੀ, ਸੰਗਰੂਰ ਕਿਹੜੀਆਂ ਡਿਵੀਜ਼ਨਾਂ ਦੇ ਵਿੱਚ ਆਉਂਦੇ ਹਨ, ਕਮੈਂਟ ਬਾਕਸ ਵਿੱਚ ਇਸਦੇ ਆਂਸਰ ਜ਼ਰੂਰ ਕਰਨੇ ਹਨ।
ਉਸ ਤੋਂ ਅੱਗੇ ਦੇਖਿਆ ਜਾਵੇ ਕਹਿੰਦਾ ਹੈ ਦੋਸਤੋ, ਪ੍ਰਵਾਸੀਆਂ ਦੀ ਗਿਣਤੀ ਅਨੁਸਾਰ ਪੰਜਾਬ ਕਿਸ ਥਾਂ 'ਤੇ ਆਉਂਦਾ ਹੈ? ਤਾਂ ਇਹ ਇੱਕ ਫੈਕਚੁਅਲ ਜਿਹਾ ਕੁਐਸਚਨ ਹੈ ਦੋਸਤੋ, ਕਿਉਂਕਿ ਪ੍ਰਵਾਸੀਆਂ ਦੀ ਗਿਣਤੀ ਦੇ ਅਨੁਸਾਰ ਦੇਖਿਆ ਜਾਵੇ ਤਾਂ ਪੰਜਾਬ ਕਿਸ ਥਾਂ 'ਤੇ ਆਉਂਦਾ ਹੈ? ਤਾਂ ਇਹ ਆਉਂਦਾ ਹੈ ਸਾਡਾ ਸਰ ਜੀ 8ਵੇਂ ਸਥਾਨ 'ਤੇ ਆਉਂਦਾ ਹੈ। ਤਾਂ ਇਸਦਾ ਕੀ ਆਂਸਰ ਹੋਵੇਗਾ? 8ਵਾਂ ਇਸਦਾ ਆਂਸਰ ਹੋਵੇਗਾ। ਬਹੁਤ ਘੱਟ ਪੁੱਛਿਆ ਜਾਣ ਵਾਲਾ ਕੁਐਸਚਨ ਹੈ, ਕਿਤੇ ਕਿਤੇ ਆ ਸਕਦਾ, ਹੋ ਸਕਦਾ ਇਸ ਵਾਰ ਆ ਜਾਵੇ। ਵੈਸੇ ਇਸ ਨੂੰ ਤੁਸੀਂ ਇਗਨੋਰ ਹੀ ਕਰ ਦਿਓ ਕੁਐਸਚਨ ਨੂੰ। ਅਗਲਾ ਕੁਐਸਚਨ ਕਹਿੰਦਾ ਦੋਸਤੋ, ਪੰਜਾਬ ਦਾ ਮਾਝਾ ਖੇਤਰ ਕਿੱਥੇ ਸਥਿਤ ਹੈ? ਤਾਂ ਪੰਜਾਬ ਦਾ ਮਾਝਾ ਖੇਤਰ ਕਿੱਥੇ ਸਥਿਤ ਹੈ? ਸਰ ਜੀ ਸਾਨੂੰ ਪਤਾ ਹੈ ਕਿ ਜੋ ਹੈ ਬਾਰੀ ਦੁਆਬ ਹੈ, ਅਸੀਂ ਕਹਿ ਦਿੰਦੇ ਹਾਂ ਰਾਰੇ ਤੋਂ ਰਾਵੀ, ਬੱਬੇ ਤੋਂ ਬਿਆਸ, ਅਤੇ ਰਾਵੀ ਅਤੇ ਬਿਆਸ ਦੇ ਵਿਚਕਾਰਲਾ ਖੇਤਰ ਜੋ ਹੁੰਦਾ ਹੈ ਉਹ ਕੀ ਹੁੰਦਾ? ਮਾਝਾ ਹੁੰਦਾ। ਇਸ ਦੇ ਵਿੱਚ ਕਿੰਨੇ ਜ਼ਿਲ੍ਹੇ ਪੈਂਦੇ ਹਨ? 4 ਜ਼ਿਲ੍ਹੇ ਪੈਂਦੇ ਹਨ, ਅਤੇ 4 ਜ਼ਿਲ੍ਹੇ ਪੈਂਦੇ ਹਨ। ਚਾਰਾਂ ਜ਼ਿਲ੍ਹਿਆਂ ਦੇ ਨਾਮ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ, ਅਤੇ ਮਾਝੇ ਖੇਤਰ ਨੂੰ ਕਿਹੜੀ ਡਿਵੀਜ਼ਨ ਲੱਗਦੀ ਹੈ, ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦੇ ਹਨ, ਵੱਡੀ 'ਚ ਆਉਂਦੇ ਹਨ ਕਿ ਛੋਟੀ 'ਚ ਆਉਂਦੇ ਹਨ? ਤਾਂ ਦੱਸਣਾ ਹੈ, ਜ਼ਰੂਰ ਦੱਸਣਾ ਹੈ ਦੋਸਤੋ, ਇਹ ਕੁਐਸਚਨ ਬਣਨਗੇ ਪੇਪਰ ਦੇ ਵਿੱਚ। ਅੱਗੇ ਚੱਲਦੇ ਆਪਾਂ ਅਗਲਾ ਕੁਐਸਚਨ ਕਹਿੰਦਾ ਹੈ ਕਿ ਹੇਠਾਂ ਲਿਖਿਆਂ ਵਿੱਚੋਂ ਪੰਜਾਬ ਦੇ ਕਿਸ ਜ਼ਿਲ੍ਹੇ ਦੀ ਆਬਾਦੀ ਘਣਤਾ ਸਭ ਤੋਂ ਘੱਟ ਹੈ? ਤਾਂ ਆਬਾਦੀ ਘਣਤਾ ਸਭ ਤੋਂ ਘੱਟ ਹੈ, ਤਾਂ ਇੱਥੇ ਆ ਗਿਆ ਦੋਸਤੋ, ਕਿਉਂਕਿ ਇੱਥੇ ਪਾਇਆ ਹੋਇਆ ਜਨਗਣਨਾ 2011, ਇਹ ਯਾਦ ਰੱਖਣਾ ਹੈ। ਅਤੇ ਕੀ ਹੈ, ਇਹ ਸਾਨੂੰ ਪਤਾ ਲੱਗ ਗਿਆ ਕਿ ਸਰ ਜੀ ਇਹ 2011 ਦੀ ਹੀ ਪੁੱਛ ਰਿਹਾ ਹੈ। ਤਾਂ ਆਬਾਦੀ ਘਣਤਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕੀ ਹੈ? ਘੱਟ ਹੈ। ਇਹਨਾਂ ਨੇ ਘੱਟ ਪੁੱਛਿਆ ਆਬਾਦੀ ਘਣਤਾ ਵੱਧ ਕਿੱਥੇ ਹੈ? ਉਹ ਸਰ ਜੀ ਸਾਡੀ ਕਿੱਥੇ ਹੈ? ਲੁਧਿਆਣਾ ਦੇ ਵਿੱਚ ਹੈ, ਮੈਨਚੈਸਟਰ ਆਫ ਪੰਜਾਬ ਕਿਹਾ ਜਾਂਦਾ ਹੈ ਜਿਸ ਨੂੰ ਉੱਤੇ ਹੈ। ਅਤੇ ਹੁਣ ਇਹ ਦੱਸਣਾ ਹੈ ਕਿ ਮੁਕਤਸਰ ਦਾ ਪੁਰਾਣਾ ਨਾਮ ਕੀ ਸੀ, ਅਤੇ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਕਿਹੜੀ ਚੀਜ਼ ਬਣਾਈ ਗਈ ਹੈ, ਅਤੇ ਉਹ ਕਿਹੜੀ ਸਰਕਾਰ ਦੁਆਰਾ ਬਣਾਈ ਗਈ? ਇਹ ਸਾਰੀਆਂ ਚੀਜ਼ਾਂ ਦੇ ਆਂਸਰ ਤੁਸੀਂ ਕਮੈਂਟ ਬਾਕਸ ਵਿੱਚ ਦੇਣੇ ਹਨ ਦੋਸਤੋ। ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਸਤਲੁਜ ਦਰਿਆ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਸਹੀ ਹੈ? ਤਾਂ ਹੁਣ ਆਪਾਂ ਸਹੀ ਦੱਸਣਾ ਹੈ ਸਤਲੁਜ ਦਰਿਆ ਦੇ ਬਾਰੇ। ਤਿੱਬਤ ਦੀ ਰਾਕਸ ਸਤਾਲ ਝੀਲ ਤੋਂ ਸ਼ੁਰੂ ਹੁੰਦਾ ਹੈ? ਹਾਂਜੀ ਸਹੀ ਹੈ, ਰਾਕਸ ਲੇਖ ਤੋਂ ਅਸੀਂ ਪੜ੍ਹਿਆ ਸ਼ੁਰੂ ਹੁੰਦਾ ਹੈ ਇਹ। ਇਸ ਨੂੰ ਵੈਦਿਕ ਕਾਲ ਵਿੱਚ ਸਤੁਦਰੀ ਜਾਂ ਸਤਲੁਤਰੀ ਕਿਹਾ ਜਾਂਦਾ ਸੀ? ਹਾਂਜੀ ਇਹ ਵੀ ਸਹੀ ਹੈ। ਇਸਦਾ ਯੂਨਾਨੀ ਨਾਮ ਹੈਸੀਡਰੋਸ ਸੀ। ਤਾਂ ਯੂਨਾਨੀ ਨਾਮ ਦੀ ਵੀਡੀਓ ਤੁਹਾਡੇ ਲਈ ਮੈਂ ਇੱਕ ਸਪੈਸ਼ਲ ਲੈ ਕੇ ਆਵਾਂਗਾ, ਭਾਵੇਂ ਉਹ ਯੂਨਾਨੀ ਨਾਮ ਹੋਣ, ਭਾਵੇਂ ਉਹ ਸੰਸਕ੍ਰਿਤ ਨਾਮ ਹੋਣ। ਕਿੰਨਾ ਕਿਹੜੇ ਕਿੰਨੇ ਕੁ ਦੁਆਬ ਹਨ, ਕਿੰਨੇ ਦੁਆਬ ਸਾਡੇ ਪੰਜਾਬ ਵਿੱਚ ਹਨ, ਕਿੰਨੇ ਕੀ ਆ ਪਾਕਿਸਤਾਨ ਦੇ ਵਿੱਚ ਹਨ, ਤਾਂ ਸਾਰਾ ਕੁਛ ਤੁਹਾਡੇ ਲਈ ਮੈਂ ਇਹ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗਾ। ਤਾਂ ਯਾਦ ਕਿਸ ਤਰ੍ਹਾਂ ਕਰ ਰਹੇ ਹੋ ਯੂਨਾਨੀ ਨਾਮ, ਕੋਈ ਟ੍ਰਿਕ ਸਮਾਰਟਨੈਸ ਅਪਰੋਚ ਸਰ ਜੀ ਸਾਨੂੰ ਦੱਸ ਦਿਓ। ਹਾਂਜੀ ਉਸਦੇ ਵਿੱਚ ਇਹੀ ਚੀਜ਼ ਦੱਸੀ ਜਾਵੇਗੀ, ਯਾਦ ਸਾਰੇ ਕਰ ਲੈਣਗੇ ਬਟ ਵਿਦ ਟ੍ਰਿਕ ਦੇ ਨਾਲ। ਤੁਸੀਂ ਇੱਕ ਵਾਰੀ ਦੇਖੋਗੇ, ਯਾਦ ਕਰਨ ਦੀ ਲੋੜ ਨਹੀਂ ਪੈਣੀ, ਪੇਪਰ ਦੇ ਵਿੱਚ ਤੁਸੀਂ ਸਹੀ ਕਰਕੇ ਆਉਂਗੇ। ਤਾਂ ਇਸਦਾ ਆਂਸਰ ਕੀ ਆ ਜਾਵੇਗਾ, ਪਹਿਲਾ, ਦੂਜਾ ਅਤੇ ਤੀਜਾ ਸਹੀ ਹਨ। ਇਹ ਕੀ ਹੋ ਗਿਆ, ਇਸਦਾ ਰਾਈਟ ਆਂਸਰ ਹੋ ਗਿਆ ਦੋਸਤੋ। ਨੈਕਸਟ ਕੁਐਸਚਨ ਆ ਗਿਆ, ਚਿਨਾਬ ਦਾ ਯੂਨਾਨੀ ਨਾਮ ਕੀ ਹੈ? ਤਾਂ ਚਿਨਾਬ ਦਾ ਯੂਨਾਨੀ ਨਾਮ ਕੀ ਹੈ, ਵੈਸੇ ਤਾਂ ਸੰਸਕ੍ਰਿਤ ਨਾਮ ਹੈ ਸਰ ਜੀ, ਸਾਨੂੰ ਤੁਸੀਂ ਟ੍ਰਿਕ ਦੱਸੀ ਹੈ ਕਿ ਆਸ਼ਕੀ ਕੀਤੀ ਹੈ ਚਿਨਾਬ ਵਿੱਚ, ਤਾਂ ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਆਸ਼ਕੀ ਮਤਲਬ ਕੀ ਆ, ਅਸਕੀਨੀ, ਅਸਕੀਨੀ ਕਹਿੰਦੇ ਹਾਂ ਆਸ਼ਕੀ ਤੋਂ, ਯਾਦ ਰੱਖਣਾ ਅਸ਼ਕੀਨੀ।
ਅਤੇ ਜੇਕਰ ਇਸਦਾ ਯੂਨਾਨੀ ਨਾਮ ਕਹਿ ਦੇਵੇ ਤਾਂ ਉਹ ਵੀ ਅਸਕੀਨੀ ਦੇ ਨਾਲ ਮਿਲਦਾ ਜੁਲਦਾ ਹੋਵੇਗਾ। ਬਸ ਤੁਸੀਂ ਇਹ ਟ੍ਰਿਕ ਜਾ ਰਹੇ ਹਾਂ ਅਸਕੀਨੀ ਦੇ ਨਾਲ, ਤਾਂ ਅਸਕੀਨੀ ਦਾ ਸਿੱਧਾ ਹੀ ਅਸੀਂ ਗਲਤ ਕਰ ਦੇਵਾਂਗੇ। ਅਤੇ ਅਸਕੀਨੀ ਦੇ ਨਾਲ ਮਤਲਬ ਕਿ ਏ ਤੋਂ ਹੀ ਸ਼ੁਰੂ ਹੋ ਰਿਹਾ ਹੈ ਤਾਂ ਏ ਸੀ ਤਾਂ ਪਾਇਆ ਹੀ ਹੋਇਆ ਹੈ, ਤਾਂ ਏ ਕੀ ਹੋ ਜਾਵੇਗਾ, ਇਸਦਾ ਰਾਈਟ ਆਂਸਰ ਹੋਵੇਗਾ। ਯਾਦ ਰੱਖਣਾ ਦੋਸਤੋ, ਅਸਕੀਨੀ ਏ ਤੋਂ ਸ਼ੁਰੂ ਹੁੰਦਾ ਹੈ ਅਤੇ ਯੂਨਾਨੀ ਨਾਮ ਵੀ ਏ ਤੋਂ ਹੀ ਸ਼ੁਰੂ ਹੋਵੇਗਾ। ਮਤਲਬ ਕਿ ਆ ਅਸਕੀਨੀ ਜਦੋਂ ਕਹੋਗੇ ਨਾ ਐੜੇ ਦੇ ਨਾਲ ਪੰਜਾਬੀ 'ਚ ਸ਼ੁਰੂ ਹੋ ਰਿਹਾ ਹੈ ਤਾਂ ਉਹੀ ਨਾਮ ਚਨਾਬ ਦਾ ਹੈ, ਜਿਸ ਤੋਂ ਕੀ ਹੈ ਉਸਦਾ ਸੰਸਕ੍ਰਿਤ ਨਾਮ ਪੈ ਰਿਹਾ ਹੈ। ਜੇਕਰ ਤੁਹਾਨੂੰ ਉਹ ਯਾਦ ਹੈ ਤਾਂ ਇਹ ਵੀ ਕੀ ਆ ਤੁਸੀਂ ਵਿਧ ਟ੍ਰਿਕ ਦੇ ਨਾਲ ਕਰਕੇ ਆਉਂਗੇ, ਸਮਾਰਟਨੈਸ ਅਪਰੋਚ ਦੇ ਨਾਲ ਕਰਕੇ ਆਉਂਗੇ। ਦੋਸਤੋ ਵਧੀਆ ਲੱਗੀ ਟ੍ਰਿਕ, ਇਹ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਉ। ਦੋਸਤੋ ਇਸ ਤਰ੍ਹਾਂ ਦੀਆਂ ਟ੍ਰਿਕਸ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਮੇਰੀਆਂ ਵੀਡੀਓ ਦੇ ਵਿੱਚ, ਤਾਂ ਇਸ ਕਰਕੇ ਕਹਿੰਦਾ ਹੁੰਦਾ ਕਿ ਹਰੇਕ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਅਗਲਾ ਕੁਐਸਚਨ ਕਹਿੰਦਾ, ਹੇਠਾਂ ਦਿੱਤਿਆਂ ਵਿੱਚੋਂ ਪੰਜਾਬ ਭਾਰਤ ਦਾ ਸਭ ਤੋਂ ਲੰਬਾ ਦਰਿਆ ਕਿਹੜਾ ਹੈ? ਪੰਜਾਬ ਦਾ ਮਤਲਬ ਕਿ ਭਾਰਤ ਦੇ ਵਿੱਚ ਪੰਜਾਬ ਹੈ ਤਾਂ ਸਭ ਤੋਂ ਲੰਬਾ ਦਰਿਆ ਉਹੋ ਸਰ ਜੀ RBS ਤੁਸੀਂ ਇੰਨੀ ਵਾਰ ਕਹਿ ਦਿੱਤਾ ਹੈ। ਦੂਜੇ ਪਾਸੇ ਤਿੰਨ ਦਰਿਆ ਹਨ ਤਾਂ ਤਿੰਨ ਇੱਥੇ ਲਿਖ ਦਿੰਦੇ ਹਾਂ, ਇਸ ਦਾ ਟੇਬਲ ਪੜ੍ਹ ਦਿੰਦੇ ਹਾਂ, 33 9। ਤਾਂ ਸਭ ਤੋਂ ਛੋਟਾ ਦਰਿਆ ਤਾਂ ਇਹ ਹੋ ਗਿਆ, ਸਭ ਤੋਂ ਵੱਡਾ ਦਰਿਆ ਤਾਂ ਉਹੀ ਹੋ ਗਿਆ ਜਿਸ ਨੂੰ ਜ਼ਿਆਦਾ ਸਟੇਟਾਂ ਲੱਗਣਗੀਆਂ, ਅਤੇ ਕੀ ਹੋ ਜਾਵੇਗਾ ਸਤਲੁਜ, ਜਿਸ ਦਾ ਰਾਈਟ ਆਂਸਰ ਹੋ ਜਾਵੇਗਾ। ਉਸ ਤੋਂ ਅੱਗੇ ਚੱਲਿਆ ਜਾਵੇ ਤਾਂ ਕਹਿੰਦਾ ਹੈ, ਹੇਠਾਂ ਲਿਖਿਆਂ ਵਿੱਚੋਂ ਕਿਸ ਨਦੀ ਦੇ ਕਿਨਾਰੇ ਪੰਡੋਹ ਡੈਮ ਸਥਿਤ ਹੈ? ਤਾਂ ਸਥਿਤ ਐਂ ਪਾ ਦਿੰਦੇ ਹਾਂ ਜਾਂ ਹੈ ਪਾ ਦਿੰਦੇ ਹਾਂ, ਇਹ ਤਾਂ ਕੀ ਆ ਅਸੀਂ ਆਪ ਪੜ੍ਹ ਸਕਦੇ ਹਾਂ। ਪੰਡੋਹ ਡੈਮ ਦੀ ਯਾਦ ਕੀਤੀ ਜਾਵੇ ਤਾਂ ਦੋਸਤੋ ਤੁਸੀਂ ਪੌਂਗ ਡੈਮ ਬਹੁਤ ਸੁਣਿਆ ਹੈ, ਪੌਂਗ ਡੈਮ ਤਾਂ ਇਹ ਤਾਂ ਬਹੁਤ ਜ਼ਿਆਦਾ ਵਾਰ ਤੁਸੀਂ ਦੇਖ ਲਿਆ ਪੇਪਰ ਦੇ ਵਿੱਚ, ਜਦ ਪੰਡੋਹ ਡੈਮ ਆ ਗਿਆ ਤਾਂ ਕੀ ਆ ਉੱਥੇ ਡੋਲੂ ਮਾਂਜਣ ਵਾਲਾ ਕੁਸ਼ਚਨ ਬਣ ਜਾਵੇਗਾ, ਮਤਲਬ ਕਿ ਛੱਡ ਕੇ ਆਉਣਾ ਪਵੇਗਾ ਅਤੇ ਉਹੀ ਇੱਕ ਨੰਬਰ ਤੋਂ ਅਸੀਂ ਰਹਿ ਜਾਵਾਂਗੇ। ਤਾਂ ਯਾਦ ਰੱਖਣਾ ਪੰਡੋਹ ਡੈਮ ਅਤੇ ਪੌਂਗ ਡੈਮ ਦੋਨੇ ਕਿੱਥੇ ਹਨ ਸਾਡੇ ਸਰ ਜੀ? ਬਿਆਸ ਦਰਿਆ 'ਤੇ ਹਨ, ਬਿਆਸ ਕੁੰਡ ਵਿੱਚੋਂ ਇਹ ਨਿਕਲਦਾ ਹੈ, ਬਿਆਸ ਕੁੰਡ ਵਿੱਚੋਂ ਨਿਕਲਦਾ ਹੈ। ਅਤੇ ਸੰਸਕ੍ਰਿਤ ਨਾਮ ਕੀ ਆ ਆਸ, ਅਤੇ ਦੂਜਾ ਕੀ ਹੁੰਦਾ ਹੈ ਪਾਸ, ਸਮਾਸੀ ਸ਼ਬਦ ਪਾਸ ਅਤੇ ਵਾਹਵਾ ਲਾ ਦੇਣਾ ਵਿਪਾਸ ਜਾਂ ਵਿਪਾਸ ਦਾ ਕੁਛ ਮਰਜ਼ੀ ਬਣ ਗਿਆ। ਤਾਂ ਦੋਸਤੋ ਅਗਲੇ ਕੁਸ਼ਚਨ ਵੱਲ ਚੱਲਦਿਆਂ ਕਹਿੰਦਾ ਹੈ, ਸਤਲੁਜ ਦਰਿਆ ਕਿੱਥੇ ਖਤਮ ਹੁੰਦਾ ਹੈ? ਤਾਂ ਕਿੱਥੇ ਖਤਮ ਹੁੰਦਾ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਰੰਗਪੁਰ ਵਿਖੇ ਚਨਾਬ ਦਰਿਆ ਵਿੱਚ, ਗਲਤ ਕਰ ਦੇਵੋ, ਜ਼ਿਲ੍ਹਾ ਝੰਗ ਦੇ ਤ੍ਰਿਮੂ ਵਿਖੇ ਚਨਾਬ ਦਰਿਆ ਵਿੱਚ, ਗਲਤ ਕਰ ਦੇਵੋ, ਇਹਨਾਂ ਵਿੱਚੋਂ ਕੋਈ ਨਹੀਂ, ਆਹ ਬਚ ਗਿਆ ਅਤੇ ਆਹ ਬਚ ਗਿਆ। ਤਾਂ ਯਾਦ ਰੱਖਣਾ ਮਿਥਨਕੋਟ ਵਿਖੇ ਕੀ ਹੈ ਇਹ ਕੀ ਆ ਸਿੰਧ ਦਰਿਆ ਦੇ ਵਿੱਚ, ਕਿਉਂਕਿ ਤੁਹਾਨੂੰ ਮੈਂ ਦੱਸਿਆ ਹੈ ਸਿੰਧ ਦਰਿਆ ਦੀਆਂ ਸਹਾਇਕ ਨਦੀਆਂ ਕਿੰਨੀਆਂ ਹਨ? 5 ਹਨ, ਅਤੇ ਉਹਨਾਂ ਵਿੱਚੋਂ ਇੱਕ ਸਤਲੁਜ ਹੈ, ਅਤੇ ਸਤਲੁਜ ਕਿੱਥੇ ਜਾ ਕੇ ਮਿਲਦਾ ਹੈ? ਮਿਥਨਕੋਟ ਦੇ ਵਿਖੇ, ਉੱਥੋਂ ਦਾ ਨਾਮ ਕੀ ਹੈ ਪੰਚਨਾਦ ਕੀ ਹੈ ਉਸ ਦਾ ਨਾਮ ਹੈ, ਜਗ੍ਹਾ ਦਾ ਪੰਚਨਾਦ ਵੱਜਦਾ ਹੈ, ਉੱਥੇ 5 ਦਰਿਆ ਆ ਜਾਂਦੇ ਹਨ, ਇਸ ਕਰਕੇ ਇਸ ਨੂੰ ਪੰਜਾਬ ਕਿਹਾ ਜਾਂਦਾ ਹੈ, ਮਿਥਨਕੋਟ ਯਾਦ ਰੱਖਣਾ ਦੋਸਤੋ। ਅੱਗੇ ਚੱਲੇ ਜਾਵੇ ਕਹਿੰਦਾ, ਰੱਖਸਰਾਏ ਅਮਾਨਤ ਖਾਂ ਕੰਜ਼ਰਵੇਸ਼ਨ ਰਿਜ਼ਰਵ ਕਿੱਥੇ ਸਥਿਤ ਹੈ? ਤਾਂ ਰੱਖਸਰਾਏ ਅਮਾਨਤ ਖਾਂ ਕੰਜ਼ਰਵੇਸ਼ਨ ਰਿਜ਼ਰਵ ਹੈ, ਇਹ ਕੀ ਲਿਖਿਆ ਰੱਖਸਰਾਏ ਅਮਾਨਤ ਖਾਂ? ਤਾਂ ਤਰਨ ਤਾਰਨ ਸਰਹੰਦ ਜਲੰਧਰ ਤਾਂ ਰੱਖਸਰਾਏ, ਤਾਂ ਇੱਥੇ ਕੀ ਆ ਜਾਵੇਗਾ? ਹੁਣ ਦੇਖੋ ਇਹਨਾਂ ਨੇ ਕਿਹਾ ਹੈ ਰੱਖਸਰਾਏ, ਤਾਂ ਇਸਦਾ ਸਿੱਧਾ ਹੀ ਹੈ ਸਰਾਂ ਆ ਗਈ ਵਿੱਚ, ਤਾਂ ਸਰਾਂ ਕੀ ਹੈ ਗੁਰਦੁਆਰਿਆਂ 'ਚ ਹੀ ਹੁੰਦੀ ਹੈ, ਤਾਂ ਗੁਰਦੁਆਰਾ ਪਹਿਲਾਂ ਤਾਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਕੱਟ ਦਿਓ, ਕਿਉਂਕਿ ਤਰਨ ਤਾਰਨ ਸਾਹਿਬ ਹੈ ਜੋ
ਗੁਰੂ ਅਰਜਨ ਦੇਵ ਜੀ ਨੇ ਨਗਰ ਵਸਾਇਆ ਸੀ ਤਰਨ ਤਾਰਨ ਸਾਹਿਬ ਤਾਂ ਰੱਖ ਸਏ ਮਾਨਤ। ਇਹ ਟ੍ਰਿਕ ਯਾਦ ਰੱਖਣੀ ਹੈ, ਕੰਜ਼ਰਵੇਸ਼ਨ ਰਿਜ਼ਰਵ ਕਿੱਥੇ ਆ? ਤਰਨ ਤਾਰਨ ਸਾਹਿਬ ਦੇ ਵਿੱਚ ਹੈ, ਜਿਸ ਨੂੰ ਕੀ ਹੈ 1590 ਦੇ ਵਿੱਚ ਵਸਾਇਆ ਗਿਆ ਸੀ, ਜਾਂ 90 ਜਾਂ ਵੈਸੇ ਤਾਂ PSSB ਵਾਲਾ 1590 ਹੀ ਪਾਉਂਦਾ ਹੁੰਦਾ ਹੈ, ਤਾਂ ਇਹ ਯਾਦ ਰੱਖਣਾ ਦੋਸਤੋ। ਅਤੇ ਕਿਸਨੇ? ਗੁਰੂ ਅਰਜਨ ਦੇਵ ਜੀ ਨੇ ਇਹ ਸ਼ਹਿਰ ਵਸਾਇਆ ਸੀ, ਜੋ ਕਿ ਸਿੱਖਾਂ ਦੇ 5ਵੇਂ ਗੁਰੂ ਸਨ। ਇਹ ਚੀਜ਼ਾਂ ਯਾਦ ਰੱਖਣੀਆਂ ਹਨ। ਅੱਗੇ ਚੱਲੇ ਜਾਵੇ ਤਾਂ ਕਹਿੰਦਾ ਹੈ, ਨੈਕਸਟ ਕੁਸ਼ਚਨ ਕਹਿੰਦਾ, ਕੇਸ਼ਵਪੁਰ ਸ਼ੰਭ ਕਮਿਊਨਿਟੀ ਰਿਜ਼ਰਵ ਕਿੱਥੇ ਸੀ? ਤਾਂ ਤੁਹਾਨੂੰ ਮੈਂ ਹੁਣੇ ਦੱਸਿਆ, ਸਭ ਤੋਂ ਫਸਟ ਕੁਸ਼ਚਨ ਦੇ ਵਿੱਚ ਇਹੀ ਐਕਸਪਲੇਨ ਕੀਤਾ ਸੀ ਕਿ ਜਿੱਥੇ ਪੁਰ ਲੱਗਿਆ ਹੋਵੇ ਤਾਂ ਦੋਵਾਂ ਦੇ ਪਿੱਛੇ ਪੁਰ ਲੱਗਦਾ, ਡਿਸਟ੍ਰਿਕਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ। ਤੁਸੀਂ ਬਸ ਯਾਦ ਰੱਖਣਾ ਹੈ, ਜਾਂ ਤਾਂ ਆਪਸ਼ਨਾਂ ਦੇ ਵਿੱਚ ਦੇਵੇਗਾ ਹੀ ਇੱਕ ਪੁਰ ਵਾਲਾ, ਜੇਕਰ ਦੋਨੇ ਪੁਰ ਵਾਲੇ ਦੇ ਦਿੱਤੇ ਤਾਂ ਗੁਰਦਾਸਪੁਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਗੁਰਦਾਸਪੁਰ ਇਸਦਾ ਆਂਸਰ ਹੋ ਜਾਵੇਗਾ। ਤਾਂ ਦੋਸਤੋ ਆ ਸਾਰੀਆਂ ਕੀ ਹੈ, ਕਿਹੜੇ ਡਿਵੀਜ਼ਨ ਦੇ ਵਿੱਚ ਆਉਂਦੀਆਂ ਹਨ? ਜਲੰਧਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਾਂ ਇਹ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ। ਅੱਗੇ ਚੱਲਿਆ ਜਾਵੇ, ਕਹਿੰਦਾ ਹੈ ਦੋਸਤੋ ਕੁਸ਼ਚਨ, ਇਹਨਾਂ ਵਿੱਚੋਂ ਕਿਹੜੀਆਂ ਨਦੀਆਂ ਦੋ ਸਾਰਕ ਦੇਸ਼ਾਂ ਵਿੱਚੋਂ ਦੀ ਲੰਘਦੀਆਂ ਹਨ? ਤਾਂ ਬਹੁਤ ਇੰਪੋਰਟੈਂਟ ਕੁਸ਼ਚਨ ਦੋਸਤੋ। ਸਾਰਕ, ਸਾਰਕ ਦੀ ਪਹਿਲਾਂ ਤਾਂ ਕੀ ਆ ਫੁੱਲ ਫੋਰਮ ਦੱਸਣੀ ਹੈ ਤੁਸੀਂ, ਸਾਰਕ ਕੰਟਰੀਜ਼ ਹਨ ਜੋ ਕੀ ਹੈ ਇਸਦੀ ਫੁੱਲ ਫੋਰਮ ਦੱਸਣੀ, ਅਤੇ ਕੰਟਰੀਜ਼ ਕਿੰਨੀਆਂ ਲੱਗਦੀਆਂ ਨੇ ਉਸਦੀ ਦੱਸਣਾ ਉਸ ਬਾਰੇ, ਕਿਉਂਕਿ ਸਟੈਟਿਕ ਜੀਕੇ ਦਾ ਉਹ ਵੱਖਰਾ ਪੁੱਛਣਾ, ਬਟ ਤੁਸੀਂ ਕਮੈਂਟ ਬਾਕਸ ਵਿੱਚ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਜ਼ਰੂਰ ਦੱਸਣਾ ਹੈ। ਤਾਂ ਬ੍ਰਹਮਪੁੱਤਰ, ਸਿੱਧੂ ਅਤੇ ਸਤਲੁਜ, ਸਿੱਧੂ, ਬ੍ਰਹਮਪੁੱਤਰ, ਸਤਲੁਜ, ਤਾਂ ਇਹ ਕੀ ਹੈ, ਇਹ ਤਿੰਨੋਂ ਹੀ ਸਾਰਕ ਦੇਸ਼ਾਂ ਵਿੱਚੋਂ ਦੀ ਲੰਘਦੀਆਂ ਹਨ। ਯਾਦ ਰੱਖਣਾ ਦੋਸਤੋ, ਸਾਰਕ ਦੇ ਵਿੱਚੋਂ ਦੀ ਹੋ ਕੇ ਟੱਪਦੀਆਂ ਹਨ ਇਹ। ਅਗਲਾ ਕੁਸ਼ਚਨ ਗੱਲ ਕਰੀਏ, ਕਹਿੰਦਾ ਹੈ ਸਿੰਧੂ ਦੀਆਂ ਕਿੰਨੀਆਂ ਸਹਾਇਕ ਨਦੀਆਂ ਭਾਰਤੀ ਪੰਜਾਬ ਵਿੱਚੋਂ ਦੀ ਲੰਘਦੀਆਂ ਹਨ? ਤਾਂ ਟੋਟਲ ਸਰ ਜੀ ਸਾਨੂੰ ਪਤਾ ਸਹਾਇਕ ਨਦੀਆਂ 5 ਹਨ, ਜਿਨ੍ਹਾਂ ਦੇ ਵਿੱਚੋਂ ਕੀ ਹੈ 3 ਨਦੀਆਂ ਤਾਂ ਪੰਜਾਬ 'ਚ ਹਨ, ਇੰਡੀਆ 'ਚ ਹਨ, ਅਤੇ ਪਾਕਿਸਤਾਨ ਦੇ ਵਿੱਚ ਕਿੰਨੀਆਂ ਹਨ? 2 ਸਹਾਇਕ ਨਦੀਆਂ ਹਨ। ਕੁਸ਼ਚਨ ਜਿਸ ਤਰ੍ਹਾਂ ਮਰਜ਼ੀ ਬਣ ਜਾਵੇ, ਐਗਜ਼ਾਮਿਨਰ ਜਿਸ ਤਰ੍ਹਾਂ ਮਰਜ਼ੀ ਬਣਾ ਦੇਵੇ, ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੰਧੂ ਦਰਿਆ ਦੀਆਂ 5 ਸਹਾਇਕ ਨਦੀਆਂ ਹਨ। ਤਾਂ ਇੱਥੇ ਆਂਸਰ ਕੀ ਹੋ ਜਾਵੇਗਾ, ਇਹਨਾਂ ਨੇ ਭਾਰਤੀ ਪੰਜਾਬ ਕਿਹਾ ਹੈ, ਤਾਂ ਭਾਰਤ ਦਾ ਪੰਜਾਬ ਕੀ ਹੈ ਉੱਥੇ, 3 ਆਂਸਰ ਉੱਥੇ ਆ ਜਾਵੇਗਾ ਦੋਸਤੋ। ਅਗਲੇ ਕੁਸ਼ਚਨ ਦੀ ਗੱਲ ਕੀਤੀ ਜਾਵੇ, ਕਹਿੰਦਾ ਹੈ ਅਫਗਾਨਿਸਤਾਨ ਅਤੇ ਸਿੰਧ ਘਾਟੀ ਦੇ ਵਿਚਕਾਰ ਕਿਹੜਾ ਰਾਹ ਮੁੱਖ ਵਪਾਰਕ ਰਸਤਾ ਸੀ? ਅਫਗਾਨਿਸਤਾਨ ਅਤੇ ਸਿੰਧ ਘਾਟੀ ਦੇ ਵਿਚਕਾਰ ਇੱਕੋ ਹੀ ਸੀ, ਉਹ ਸੀ ਸਾਡਾ ਖੈਬਰ ਪਾਸ ਦਰਾ ਸੀ, ਜੋ ਖੈਬਰ ਦਰਾ ਸੀ। ਯਾਦ ਰੱਖਣਾ ਇਸਦਾ ਰਾਈਟ ਆਂਸਰ। ਅਤੇ ਦੋਸਤੋ ਦੂਜੀ ਗੱਲ ਯਾਦ ਰੱਖਣੀ ਹੈ, ਖੈਬਰ ਦਰਾ ਅਤੇ ਦੂਜੇ ਪਾਸੇ ਜਿਹੜਾ ਸੀ ਬੋਲਣ, ਅਤੇ ਇਹਨਾਂ ਦੋਨਾਂ ਦੇ ਵਿਚਕਾਰ ਕੀ ਸੀ ਦੋਸਤੋ? ਯਾਦ ਰੱਖਣਾ ਹੈ ਗੋਮਲ ਦਰਾ, ਇਹ ਤਿੰਨੇ ਕੀ ਸਨ, ਇਕੱਠੇ ਸਨ, ਬਟ ਇਹ ਕੀ ਇਹਨਾਂ ਦੇ ਵਿਚਕਾਰ ਸੀ, ਵਿਚਕਾਰ ਸੀ ਗੋਮਲ ਪਾਸ, ਤਾਂ ਇਹ ਵੀ ਯਾਦ ਰੱਖਣਾ ਹੈ ਦੋਸਤੋ, ਬਹੁਤ ਇੰਪੋਰਟੈਂਟ ਕੁਸ਼ਚਨ ਹੈ। ਅਗਲਾ ਕੁਸ਼ਚਨ ਹੈ ਦੋਸਤੋ, ਕਹਿੰਦਾ ਹੈ ਚੰਡੀਗੜ੍ਹ ਦੀ ਨਵੀਨਤਮ ਸੂਚੀ ਵੈਟਲੈਂਡ ਕਿਹੜੀ ਹੈ? ਇਹਨਾਂ ਨੇ ਚੰਡੀਗੜ੍ਹ ਦੀ ਨਵੀਨਤਮ ਨਵੀਂ ਸੂਚੀ ਬਣਾਈ ਹੈ, ਉੱਥੇ ਵੈਟਲੈਂਡ ਕਿਹੜੀ ਹੈ? ਤਾਂ ਚੰਡੀਗੜ੍ਹ ਦਾ ਹੀ ਪੁੱਛਿਆ ਹੈ, ਕੋਈ ਬਾਹਰ ਨਹੀਂ ਪੁੱਛਿਆ, ਸਕਿੱਪ ਕਰਨ ਵਾਲਾ ਕੁਸ਼ਚਨ ਵੀ ਹੈ, ਜਾਂ ਤਾਂ ਤੁਸੀਂ ਇਸਨੂੰ ਸਕਿੱਪ ਕਰ ਸਕਦੇ ਹੋ, ਜਾਂ ਇੱਥੇ ਤੁੱਕਾ ਲਾ ਸਕਦੇ ਹੋ, ਤੁੱਕਾ ਚੱਲ ਗਿਆ ਤਾਂ ਠੀਕ ਹੈ, ਨਹੀਂ ਤਾਂ ਕੀ ਹੈ ਉਹ ਵੀ ਗਲਤ ਹੋ ਜਾਏਗਾ, ਕਿ ਛੱਤ ਬੀੜ ਵੀ ਲੱਗ ਰਿਹਾ, ਰੌਕ ਗਾਰਡਨ ਝੀਲ ਵੀ ਲੱਗ ਰਹੀ ਹੈ, ਸੁਖਨਾ ਝੀਲ ਵੀ ਅਤੇ ਨਿਊ ਝੀਲ ਵੀ। ਤਾਂ ਦੋਸਤੋ ਇੱਥੇ ਆਂਸਰ ਤਾਂ ਵੈਸੇ ਸੁਖਮਨਾ ਝੀਲ ਆਵੇਗਾ,
ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਸੁਖਨਾ ਝੀਲ ਕਿਸਨੇ ਬਣਾਈ ਸੀ, ਉਸ ਦਾ ਕੀ ਆ ਕਮੈਂਟ ਬਾਕਸ ਵਿੱਚ ਨਾਮ ਲਿਖਣਾ ਹੈ, ਅਤੇ ਉਹ ਕਿਹੜੇ ਦੇਸ਼ ਵਿੱਚ ਉਸਦਾ ਜਨਮ ਹੋਇਆ ਸੀ, ਉਸਨੇ ਕਿਸਦਾ ਪਲਾਨ ਕੀਤਾ, ਕਿਸਦੀ ਯੋਜਨਾ ਤਿਆਰ ਕੀਤੀ ਸੀ, ਸਾਰੀਆਂ ਚੀਜ਼ਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸਣੀਆਂ ਹਨ ਦੋਸਤੋ। ਤਾਂ ਇਹ ਸੀ ਪੰਜਾਬ ਜੋਗਰਫੀ ਦੇ ਕੁਸ਼ਚਨ ਦੋਸਤੋ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਇਸ ਨੂੰ ਲਾਈਕ ਜ਼ਰੂਰ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਤਾਂ ਜੋ ਇਹ ਸਾਰੇ ਕੁਸ਼ਚਨ ਉਹਨਾਂ ਤੱਕ ਵੀ ਪਹੁੰਚ ਸਕਣ ਜਿਨ੍ਹਾਂ ਕੋਲ ਪ੍ਰੀਵੀਅਸ ਈਅਰ ਕੁਸ਼ਚਨ ਨਹੀਂ ਪਹੁੰਚ ਸਕਦੇ, ਜਾਂ ਫਾਲਤੂ ਦੇ ਕੁਸ਼ਚਨ ਕਰ ਰਹੇ ਹਨ ਜੋ ਪੇਪਰ ਵਿੱਚ ਐਗਜ਼ਾਮੀਨਰ ਦੁਆਰਾ ਪੁੱਛੇ ਹੀ ਨਹੀਂ ਜਾਂਦੇ। ਤਾਂ ਦੋਸਤੋ ਇਸੇ ਤਰ੍ਹਾਂ ਮੈਂ ਅੱਗੇ ਕੁਸ਼ਚਨ ਲੈ ਕੇ ਆਉਂਦਾ ਰਹਾਂਗਾ। ਇਹ ਸੀਰੀਜ਼ ਬਹੁਤ ਲੰਬੀ ਚੱਲਣੀ ਹੈ, ਅੱਜ ਤਾਂ ਜੋਗਰਫੀ ਚੱਲ ਰਹੀ ਹੈ, ਫਿਰ ਹਿਸਟਰੀ ਦੇ ਕੁਸ਼ਚਨ ਆਉਣਗੇ, ਫਿਰ ਸੱਭਿਆਚਾਰ ਦੇ ਆਉਣਗੇ, ਰਾਜਨੀਤਿਕ ਦੇ ਆਉਣਗੇ, ਅਰਥਸ਼ਾਸਤਰ ਦੇ ਆਉਣਗੇ, ETC ਪੇਪਰ ਏ ਦੇ ਕੁਸ਼ਚਨ ਵੀ ਕਾਫੀ ਹੋਣਗੇ। ਤਾਂ ਦੋਸਤੋ ਸਾਰੇ ਆਪਾਂ ਕਵਰ ਕਰ ਲੈਣੇ ਹਨ, ਬਸ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਿਹਾ ਕਰੋ, ਅਤੇ ਜੇਕਰ ਚੈਨਲ ਦੇ ਨਿਊ ਵਿਊਵਰ ਹੋ ਤਾਂ ਦੁਬਾਰਾ ਫੇਰ ਕਹਿ ਦੇਵਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ। ਤਾਂ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।